ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਮੰਗ ਮਨਜ਼ੂਰ ਕੀਤੀ ਅਤੇ ਸਾਰੇ ਕਿਸਾਨ ਨੇਤਾਵਾਂ ਦੇ ਨਾਲ ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ, ਅੰਤ ਤੱਕ ਵੀ ਬਾਤਚੀਤ ਜਾਰੀ ਰੱਖੀ। ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ, ਗੱਲਬਾਤ ਜਾਰੀ ਰੱਖੀ, ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ। ਜਿੱਦਾਂ ਕਿਹਾ ਜਾ ਰਿਹਾ ਕਿ WTO 'ਚੋਂ ਭਾਰਤ ਬਾਹਰ ਹੋ ਜਾਵੇ ਵਰਲਡ ਟ੍ਰੇਡ ਆਰਗਨਾਈਜੇਸ਼ਨ ਤੋਂ, ਇਹ ਵੀ ਕਿਹਾ ਜਾ ਰਿਹਾ ਕਿ ਵਪਾਰ ਸਮਝੌਤੇ ਖਤਮ ਕਰ ਦਿਓ ਫਰੀ ਟ੍ਰੇਡ ਐਗਰੀਮੈਂਟ ਨੂੰ। ਕੁਝ ਮੰਗਾਂ ਇਹ ਵੀ ਆਈਆਂ ਨੇ ਕਿ ਸਮਾਰਟ ਮੀਟਰ ਨੂੰ ਖਤਮ ਕੀਤਾ ਜਾਏ, ਨਹੀਂ ਲਗਾਏ ਜਾਣ, ਇਲੈਕਟ੍ਰੀਸਿਟੀ ਅਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਉਣ ਨੂੰ ਇਹ 'ਚੋਂ ਬਾਹਰ ਰੱਖਿਆ ਜਾਵੇ, ਕ੍ਰਿਸ਼ੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ। ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ, ਇਹ ਰਾਜਿਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ, ਮੰਗਾਂ ਮਨਜ਼ੂਰ ਕਰਨ ਲਈ ਵੀ। ਸ਼ਾਇਦ ਉਹਦੇ ਲਈ ਕਿਸਾਨ ਨੇਤਾ ਤਿਆਰ ਨਹੀਂ ਹੋਏ, ਉੱਠ ਕੇ ਚਲੇ ਗਏ। ਮੈਂ ਅੱਜ ਵੀ ਕਹਾਂਗਾ ਵਾਪਿਸ ਆਓ, ਬਾਤਚੀਤ ਜਾਰੀ ਰੱਖੀਏ, ਕਿਉਂਕਿ ਗੱਲਬਾਤ ਦੇ ਰਾਹੀਂ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌਸੈਨਾ ਦੇ 8 ਅਧਿਕਾਰੀਆਂ ਨੂੰ, ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ, ਮ੍ਰਿਤਯੂਦੰਡ ਹੋ ਗਿਆ ਸੀ, ਉਹਨਾਂ ਨੂੰ ਵੀ ਸੁਰੱਖਿਅਤ ਹਿੰਦੁਸਤਾਨ ਲਿਆ ਹੈ। ਆਪਰੇਸ਼ਨ ਗੰਗਾ 'ਚ ਅਸੀਂ ਯੂਕਰੇਨ ਤੋਂ 27,000 ਭਾਰਤ ਦੇ ਲੋਕਾਂ ਨੂੰ ਵਾਪਿਸ ਲਿਆ ਹੈ। ਅਫਗਾਨਿਸਤਾਨ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰਾਂ ਨੂੰ ਵਾਪਿਸ ਲੈ ਕੇ ਆਏ। ਸਭ ਬਾਤਚੀਤ ਦੇ ਜ਼ਰੀਏ ਹੀ ਹੋ ਪਾਇਆ। ਅੱਜ ਵੀ ਬਾਤਚੀਤ ਦੇ ਰਾਹੀਂ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ, ਮੰਗਾਂ ਮਨਜ਼ੂਰ ਹੋਣਗੀਆਂ। ਕਿਰਪਾ ਕਰਕੇ ਗੱਲਬਾਤ ਕਰੋ ਅਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ, ਆਪ ਹਿੰਸਾ, ਤੋੜਫੋੜ, ਆਗਜਨੀ ਨਾ ਕਰੋ, ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਬਾਤਚੀਤ ਦੇ ਰਾਹੀਂ ਹੀ ਕੋਈ ਨਾ ਕੋਈ ਹੱਲ ਨਿਕਲੇਗਾ। ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਮੰਗ ਮਨਜ਼ੂਰ ਕੀਤੀ ਅਤੇ ਸਾਰੇ ਕਿਸਾਨ ਨੇਤਾਵਾਂ ਦੇ ਨਾਲ ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ, ਅੰਤ ਤੱਕ ਵੀ ਬਾਤਚੀਤ ਜਾਰੀ ਰੱਖੀ। ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ, ਗੱਲਬਾਤ ਜਾਰੀ ਰੱਖੀ, ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ। ਜਿੱਦਾਂ ਕਿਹਾ ਜਾ ਰਿਹਾ ਕਿ WTO 'ਚੋਂ ਭਾਰਤ ਬਾਹਰ ਹੋ ਜਾਵੇ ਵਰਲਡ ਟ੍ਰੇਡ ਆਰਗਨਾਈਜੇਸ਼ਨ ਤੋਂ, ਇਹ ਵੀ ਕਿਹਾ ਜਾ ਰਿਹਾ ਕਿ ਵਪਾਰ ਸਮਝੌਤੇ ਖਤਮ ਕਰ ਦਿਓ ਫਰੀ ਟ੍ਰੇਡ ਐਗਰੀਮੈਂਟ ਨੂੰ। ਕੁਝ ਮੰਗਾਂ ਇਹ ਵੀ ਆਈਆਂ ਨੇ ਕਿ ਸਮਾਰਟ ਮੀਟਰ ਨੂੰ ਖਤਮ ਕੀਤਾ ਜਾਏ, ਨਹੀਂ ਲਗਾਏ ਜਾਣ, ਇਲੈਕਟ੍ਰੀਸਿਟੀ ਅਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਉਣ ਨੂੰ ਇਹ 'ਚੋਂ ਬਾਹਰ ਰੱਖਿਆ ਜਾਵੇ, ਕ੍ਰਿਸ਼ੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ। ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ, ਇਹ ਰਾਜਿਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ, ਮੰਗਾਂ ਮਨਜ਼ੂਰ ਕਰਨ ਲਈ ਵੀ। ਸ਼ਾਇਦ ਉਹਦੇ ਲਈ ਕਿਸਾਨ ਨੇਤਾ ਤਿਆਰ ਨਹੀਂ ਹੋਏ, ਉੱਠ ਕੇ ਚਲੇ ਗਏ। ਮੈਂ ਅੱਜ ਵੀ ਕਹਾਂਗਾ ਵਾਪਿਸ ਆਓ, ਬਾਤਚੀਤ ਜਾਰੀ ਰੱਖੀਏ, ਕਿਉਂਕਿ ਗੱਲਬਾਤ ਦੇ ਰਾਹੀਂ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌਸੈਨਾ ਦੇ 8 ਅਧਿਕਾਰੀਆਂ ਨੂੰ, ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ, ਮ੍ਰਿਤਯੂਦੰਡ ਹੋ ਗਿਆ ਸੀ, ਉਹਨਾਂ ਨੂੰ ਵੀ ਸੁਰੱਖਿਅਤ ਹਿੰਦੁਸਤਾਨ ਲਿਆ ਹੈ। ਆਪਰੇਸ਼ਨ ਗੰਗਾ 'ਚ ਅਸੀਂ ਯੂਕਰੇਨ ਤੋਂ 27,000 ਭਾਰਤ ਦੇ ਲੋਕਾਂ ਨੂੰ ਵਾਪਿਸ ਲਿਆ ਹੈ। ਅਫਗਾਨਿਸਤਾਨ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰਾਂ ਨੂੰ ਵਾਪਿਸ ਲੈ ਕੇ ਆਏ। ਸਭ ਬਾਤਚੀਤ ਦੇ ਜ਼ਰੀਏ ਹੀ ਹੋ ਪਾਇਆ। ਅੱਜ ਵੀ ਬਾਤਚੀਤ ਦੇ ਰਾਹੀਂ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ, ਮੰਗਾਂ ਮਨਜ਼ੂਰ ਹੋਣਗੀਆਂ। ਕਿਰਪਾ ਕਰਕੇ ਗੱਲਬਾਤ ਕਰੋ ਅਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ, ਆਪ ਹਿੰਸਾ, ਤੋੜਫੋੜ, ਆਗਜਨੀ ਨਾ ਕਰੋ, ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਬਾਤਚੀਤ ਦੇ ਰਾਹੀਂ ਹੀ ਕੋਈ ਨਾ ਕੋਈ ਹੱਲ ਨਿਕਲੇਗਾ।